अस्सलाम वालेकुम जी, मैं थोड़ा अपना होस्ट बाबा जी सेव हिस्टोरिकल प्लेसेस ऑफ पाकिस्तान, सेव गुरुद्वारा एंड टेम्पल्स ऑफ पाकिस्तान, खालसा राज फुटस्टेप्स इन पाकिस्तान, सेव गुरुद्वारा एंड टेम्पल्स ऑफ पाकिस्तान नूं लैके मैं अज पहुंचिया वा कोट नैना दे विच। कोट नैना जिहड़ा कि बड़ा मशहूर इलाका सी सिखां दा और खालसा राज पंथ दे हवाले दे नाल। ਤੁਸੀਂ ਜਿਸ ਬੰਦੇ ਨੇ ਵੀ ਖਾਲਸਾ ਰਾਜ ਦੇ ਫੁੱਟਸਟੈਪਸ ਪੜ੍ਹੇ ਨਹੀਂ ਆ, ਉਹਨਾਂ ਦੀ ਹਿਸਟਰੀ ਪੜ੍ਹੀ ਹੈ, ਅਤੇ ਉਹ ਬਾਬਾ ਗੁਰਬਖਸ਼ ਸਿੰਘ ਔਰ ਬਾਬਾ ਬੁੱਢਾ ਜੀ ਦਾ ਨਾਮ ਜਿਹੜਾ ਉਹ ਬਹੁਤ ਜ਼ਿਆਦਾ ਆਉਂਦਾ ਹਿਸਟਰੀ ਦੇ ਵਿੱਚ। ਇਹ ਬਾਬਾ ਬੁੱਢਾ ਜੀ ਦੇ ਨਾਮ 'ਤੇ ਲਾਇਆ ਹੋਇਆ ਅੰਬ ਦਾ ਵੱਡਾ ਵਿਸ਼ਾਲ ਦੋ ਮਰਬੇ 'ਚ ਫੈਲਿਆ ਹੋਇਆ ਜਿਹੜਾ ਬਾਗ ਹੈ ਉਹ ਅੱਜ ਵੀ ਮੌਜੂਦ ਹੈ। ਔਰ ਇਹ ਪ੍ਰੋਪਰਟੀ ਸੀ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਜਿਹੜੇ ਨੇ, ਜਿਨ੍ਹਾਂ ਦਾ ਨਾਮ ਰਾਮ ਕੌਰ ਸੀ, ਔਰ ਉਹਨਾਂ ਦੀ ਜਿਹੜੀ ਇਹ ਪ੍ਰੋਪਰਟੀ ਸੀ, ਔਰ ਦੋ ਮੁਰੱਬੇ ਦੇ ਉੱਤੇ ਇਹ ਬਾਗ ਸੀ, ਔਰ 200 ਵਿਘੇ ਜ਼ਮੀਨ ਜਿਹੜੀ ਸੀ ਉਹ ਕੋਟ ਨੈਣਾ ਦੇ ਅੰਦਰ ਸੀ। ਅੱਜ ਮੈਂ ਬੜੇ ਹੀ ਅਫਸੋਸ ਦੇ ਨਾਲ ਦੱਸਣਾ ਚਾਹ ਰਿਹਾ ਵਾਂ ਕਿ ਵੀ ਇਹ ਬਾਗ ਜਿਹੜੇ ਨੇ ਤੀਸਰੇ ਹੱਥ ਵਿਕ ਚੁੱਕੇ ਨੇ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਜਿਹੜੇ ਗੁਰਦੁਆਰੇ ਦੇ ਨਜ਼ਦੀਕ ਜਿਹੜੀ ਜ਼ਮੀਨ ਸੀ ਉਹ ਬੜੀ ਬੁਰੇ ਤਰੀਕੇ ਨਾਲ ਟੁਕੜੇ ਟੁਕੜੇ ਕਰਕੇ ਅਤੇ ਉਹਨੂੰ ਵੇਚਿਆ ਜਾ ਰਿਹਾ ਹੈ। ਲਾਹੌਰ ਦੇ ਕੋਈ ਡੀਲਰਸ ਨੇ ਜਿਨ੍ਹਾਂ ਕੋਲ ਜ਼ਮੀਨ ਹੈ ਔਰ ਉਹਨਾਂ ਨੇ ਬਹੁਤ ਮੰਗੇ ਰੇਟਾਂ ਦੇ ਉੱਤੇ ਜਿਹੜੀ ਹੈ ਉਹ ਵੇਚੀ ਹੈ, ਜਦਕਿ ਗੁਰਦੁਆਰਾ ਸਾਹਿਬ ਦੀ ਕੋਈ ਵੀ ਜ਼ਮੀਨ ਜਿਹੜੀ ਹੈ ਉਹ ਵੇਚੀ ਨਹੀਂ ਜਾ ਸਕਦੀ। ਅਤੇ ਮੈਂ ਹੈਰਾਨ ਹਾਂ ਕਿ ਇਹਦੇ ਉੱਤੇ ਮੈਂ ਦੇਖਾਂਗਾ ਕਿ ਕੀ ਐਕਸ਼ਨ ਆਉਂਦਾ ਔਰ ਕੀ ਕਰਦੇ ਨੇ, ਕਿਸ ਤਰੀਕੇ ਨਾਲ ਸਿੱਖ ਇਤਿਹਾਸ ਨਾਲ ਜੁੜੀ ਹੋਈ ਇਹ ਜਗ੍ਹਾ ਜਿਹੜੀਆਂ ਨੇ ਉਹਨਾਂ ਨੂੰ ਵੇਚਿਆ ਜਾ ਰਿਹਾ ਹੈ। ਕਿਉਂ ਵੇਚਿਆ ਜਾ ਰਿਹਾ? ਕਿਉਂਕਿ ਇਹ ਜਗ੍ਹਾ ਜਿਹੜੀ ਸੀ ਗੁਰਦੁਆਰੇ ਦੀ ਸੇਵਾ ਵਾਸਤੇ ਸੀ, ਇਸ ਵਾਸਤੇ ਇਸ ਜਗ੍ਹਾ ਨੂੰ ਵੇਚਿਆ ਨਹੀਂ ਜਾ ਸਕਦਾ। ਔਰ ਸਕੂਲ ਦੇ ਨਾਲ ਜੁੜਿਆ ਹੋਇਆ ਵਿਸ਼ਾਲ ਜਿਹੜਾ ਸੀ ਸਰੋਵਰ ਸੀ ਉਹਨੀ ਵੀ ਜਗ੍ਹਾ ਨੂੰ ਵੇਚ ਦਿੱਤਾ ਗਿਆ ਔਰ ਕਮਰੇ ਗਿਰਾ ਦਿੱਤੇ ਗਏ ਨੇ। ਥੋੜ੍ਹੀ ਦੇਰ ਪਹਿਲੇ ਮੈਂ ਤੁਹਾਨੂੰ ਜਿਹੜੀ ਹੈ ਉਹਨਾਂ ਦੀ ਉਹ ਦਿਖਾਈ ਹੈ, ਬਾਬਾ ਗੁਰਬਖਸ਼ ਸਿੰਘ ਜੀ ਦੀ ਜਿਹੜੀ ਸਮਾਧ ਹੈ ਉਹ ਦਿਖਾਈ ਹੈ ਤੁਹਾਨੂੰ ਕੋਟ ਨੈਣਾ ਦੇ ਅੰਦਰ। ਅਤੇ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਉਸ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ ਹੋਇਆ ਦੋ ਮੁਰੱਬੇ ਦਾ ਅੰਬ ਔਰ ਲੀਚੀ ਦਾ ਬਾਗ ਹੈ। ਤੁਸੀਂ ਦਰੱਖਤਾਂ ਦੀ ਪੁਰਾਣੇ ਹੋਣ ਦੀ ਜਿਹੜੀ ਹੈ ਉਹ ਇਹ ਨਿਸ਼ਾਨੀਆਂ ਦੇਖ ਸਕਦੇ ਹੋ ਕਿ ਇੱਥੇ ਇਹ ਬਾਗ ਜਿਹੜਾ ਰੋਡ ਜਿਹੜਾ ਇਹ ਬਾਗ ਦੇ ਅੰਦਰੋਂ ਦੀ ਗੁਜ਼ਰ ਰਿਹਾ ਵੇ। ਅਮੇਜ਼ਿੰਗ ਖਾਲਸਾ ਰਾਜ ਫੁੱਟਸਟੈਪਸ ਨੇ ਜਿਹੜੇ ਕਿ ਪਾਕਿਸਤਾਨ ਦੀ ਆਖਰੀ ਬਾਉਂਡਰੀਜ਼ ਤੱਕ ਵੀ ਫੈਲੇ ਹੋਏ ਨੇ। ਇਹ ਰਾਜ ਆ ਰਿਹਾ ਕੋਟ ਨੈਣਾ ਨੂੰ ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਔਰ ਇਹ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ ਹੋਇਆ ਦੋ ਮੁਰੱਬੇ ਦਾ ਬਾਗ ਸੀ, ਗੁਰਦੁਆਰਾ ਸ੍ਰੀ ਬਾਬਾ ਗੁਰਬਖਸ਼ ਸਿੰਘ ਜੀ ਜਿਹੜੇ ਅਨਮੋਲ ਰਤਨ ਸਨ ਬਾਬਾ ਬੁੱਢਾ ਜੀ ਦੇ। ਕਦੇ ਕਦੇ ਮੈਂ ਖਾਲਸਾ ਰਾਜ ਫੁੱਟਸ ਦੇ ਅੰਦਰ ਮੈਂ ਪੜ੍ਹਦਾ ਸੀ ਕਿ ਅਗਰ ਸਭ ਤੋਂ ਜ਼ਿਆਦਾ ਕੁਛ ਗਵਾਇਆ ਹੈ ਪੰਜਾਬ ਦੀ ਵੰਡ ਨੇ ਤਾਂ ਉਹ ਸਿੱਖ ਪੰਥ ਜਿਹੜਾ ਉਹਨਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਿਆ। ਜਦ ਮੈਂ ਇਹਨਾਂ ਚੀਜ਼ਾਂ ਨੂੰ ਲੈ ਕੇ ਪਿੰਡ ਪਿੰਡ ਗਲੀ ਗਲੀ ਗਿਆ ਵਾਂ, ਸ਼ਹਿਰ ਸ਼ਹਿਰ ਗਿਆ ਵਾਂ, ਟੋਕ ਟੋਕ ਫਿਰਿਆ ਵਾਂ, ਤਾਂ ਫਿਰ ਜਾ ਕੇ ਮੈਨੂੰ ਪਤਾ ਲੱਗਾ ਕਿ ਵਾਕਈ ਹੀ ਉਹ ਗੱਲਾਂ 16 ਆਨੇ ਸੱਚ ਨੇ, ਇਹਨਾਂ ਦੇ ਵਿੱਚ ਕੋਈ ਝੂਠ ਨਹੀਂ ਹੈ। ਮੈਂ ਬੜੀ ਦੇਰ ਤੋਂ ਤਲਾਸ਼ ਦੇ ਸਾਂ, ਮੈਨੂੰ ਕੋਈ ਐਸਾ ਇਤਿਹਾਸਿਕ ਬਾਗ ਸੁਣਨਾ ਸਾਂ ਕਿ ਗੁਰਦੁਆਰਾ ਸਾਹਿਬ ਦੇ ਨਾਮ 'ਤੇ ਦੋ ਮੁਰੱਬੇ ਦਾ ਬਾਗ ਸੀ, ਸੁਣਨਾ ਸਾਂ 4 ਮੁਰੱਬੇ ਦਾ ਬਾਗ ਸੀ, 200 ਵਿਘੇ ਸੀ, 250 ਵਿਘੇ ਸੀ। ਲੇਕਿਨ ਐਟਲੀਸਟ ਮੈਂ 8 ਘੰਟੇ ਦੀ ਡਰਾਈਵ ਕਰਨ ਤੋਂ ਬਾਅਦ ਮੈਂ ਇਸ ਜਗ੍ਹਾ ਦੇ ਉੱਤੇ ਪਹੁੰਚ ਗਿਆ ਵਾਂ ਜਿਹੜਾ ਕਿ ਬਾਗ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਮ 'ਤੇ ਮੁਨਸਲਿਕ ਹੈ ਔਰ ਇਹ ਪ੍ਰੋਪਰਟੀ ਜਿਹੜੀ ਸੀ ਇਹ ਗੁਰਦੁਆਰਾ ਸਾਹਿਬ ਦੇ ਨਾਮ 'ਤੇ ਸੀ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਇਹ ਛੋਟੀਆਂ ਛੋਟੀਆਂ ਅੰਬੀਆਂ ਜਿਹੜੀਆਂ ਨੇ ਉਹ ਪੈ ਗਈਆਂ ਨੇ। ਜ਼ਮੀਨਾਂ ਸੋਨਾ ਉਗਲਦੀਆਂ ਨੇ ਲੇਕਿਨ ਪੰਜਾਬ ਦੀ ਵੰਡ ਨੇ ਖਾਲਸਾ ਲੋਕਾਂ ਨੂੰ ਬਹੁਤ ਨੁਕਸਾਨ ਦਿੱਤਾ ਹੈ, ਐਵੇਂ ਹੀ ਮੁਸਲਮਾਨ ਪੰਜਾਬੀਆਂ ਨੂੰ ਵੀ ਬਹੁਤ ਨੁਕਸਾਨ ਦਿੱਤਾ ਹੈ। ਫਰੀਦਕੋਟ, ਅੰਬਾਲਾ, ਗੁਰਦਾਸਪੁਰ, ਬਟਾਲਾ,
ਫਿਰੋਜ਼ਪੁਰ, ਬਠਿੰਡਾ, ਇਹ ਸਾਰੀਆਂ ਜਗ੍ਹਾ ਅਗਰ ਤੁਸੀਂ ਦੇਖੋ ਤਾਂ ਇਹਨਾਂ ਦੇ ਵਿੱਚ ਮੁਸਲਮਾਨਾਂ ਦੀ ਬੇਤਹਾਸ਼ਾ ਪ੍ਰੋਪਰਟੀਆਂ ਸਨ ਅਤੇ ਉਹ ਸਭ ਦੀਆਂ ਸਭ ਜਿਹੜੀਆਂ ਨੇ ਉਹ ਉੱਧਰ ਰਹਿ ਗਈਆਂ। ਔਰ ਇੱਧਰ ਜਿਹੜੇ ਖਾਲਸਾ ਲੋਕ ਸਨ ਉਹਨਾਂ ਦੀਆਂ ਜਿਹੜੀਆਂ ਪ੍ਰੋਪਰਟੀ ਸਨ ਉਹ ਸਾਰੀਆਂ ਜਿਹੜੀਆਂ ਨੇ ਇੱਧਰ ਰਹਿ ਗਈਆਂ। ਉਹ ਕੀ ਕਹਿੰਦੇ ਨੇ ਰਾਜ ਕਾਕੜਾ ਜੀ ਕਿ ਉਹ ਇੱਧਰ ਉੱਧਰ ਟਹਿ ਗਏ ਗੁਰਦੁਆਰੇ ਅਤੇ ਇੱਧਰ ਟਹਿ ਗਈਆਂ ਮਸੀਤਾਂ। ਹਾਏ ਹਾਏ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਤੁਸੀਂ ਦੇਖ ਰਹੇ ਹੋ ਰਿਲੇਟਿਡ ਲੈਂਡ ਆਫ ਗੁਰਦੁਆਰਾ ਸ੍ਰੀ ਬਾਬਾ ਗੁਰਬਖਸ਼ ਸਿੰਘ ਜੀ, ਅਨਮੋਲ ਰਤਨ, ਬਾਬਾ ਬੁੱਢਾ ਜੀ, ਇਸ ਜਗ੍ਹਾ ਦਾ ਤੁਸੀਂ ਅਗਰ ਇਸ ਪਾਸੇ ਦੇਖੋ ਤਾਂ ਗੁਰਦਾਸਪੁਰ ਹੈ, ਅਗਰ ਇਸ ਪਾਸੇ ਤੁਸੀਂ ਦੇਖੋ ਤਾਂ ਬਟਾਲਾ ਹੈ। ਮਤਲਬ ਕਿ ਹਾਰਡਲੀ 4 ਕਿਲੋਮੀਟਰ ਦੀ ਤਿੰਨ ਕਿਲੋਮੀਟਰ ਤੋਂ ਬਾਅਦ ਜਿਹੜਾ ਹੈ ਏਰੀਆ ਪਾਕਿਸਤਾਨ ਤੋਂ ਖਤਮ ਹੋ ਜਾਂਦਾ ਔਰ ਈਸਟ ਪੰਜਾਬ ਦਾ ਸ਼ੁਰੂ ਹੋ ਜਾਂਦਾ। ਤਾਂ ਦੇਖਦੇ ਰਹੋ ਫਿਰ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ।